ਜੇਕਰ ਵੀਡੀਓ ਦੇਖਣ ਲੱਗ ਗਏ ਤਾਂ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਅਕਸਰ ਹੀ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਵੀਰਪਰਾ ਰਹਿੰਦੇ ਨੇ ਜਾਂ ਪਿੰਡਾਂ ਤੋਂ ਹੁਣ ਬਾਹਰ ਰਹਿਣ ਲੱਗ ਗਏ ਸ਼ਹਿਰਾਂ ਦੇ ਵਿੱਚ ਜਾਂ ਬਾਹਰਲੇ ਦੇਸ਼ਾਂ ਵਿੱਚ ਚੜ ਗਏ ਨੇ ਸੋ ਉਹ ਇਹ ਚੀਜ਼ ਨੂੰ ਜਰੂਰ ਮਿਸ ਕਰਦੇ ਹੋਣਗੇ ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਕਿਉਂਕਿ ਆਪਾਂ ਅਕਸਰ ਹੀ ਦੇਖਦੇ ਜਦੋਂ ਆਪਣੇ ਘਰਾਂ ਦੇ ਵਿੱਚ ਮੱਝਾਂ ਦੁੱਧ ਨਹੀਂ ਸੀ ਦਿੰਦੀਆਂ ਲੱਤ ਦੱਤ ਮਾਰਨੀ ਸ਼ੁਰੂ ਕਰ ਦਿੰਦੇ ਸੀ ਤਾਂ ਆਪਣੇ ਟੱਬਰ ਆ ਜਿਹੜਾ ਕਿ ਸਾਰਾ ਡਾਂਗਾਂ ਲੈ ਕੇ ਸਾਈਡ ਤੇ ਖੜ ਜਾਂਦਾ ਸੀਗਾ ਇੱਕ ਦੁੱਧ ਚੋਣ ਵਾਸਤੇ ਉੱਥੇ ਇੱਕ ਵੀਡੀਓ ਸਾਹਮਣੇ ਜਿਸ ਨੂੰ ਦੇਖ ਕੇ ਆਪਾਂ ਹਾਸਾ ਸ パਗਲ ਹੋ ਜਾਂਦੇ ਨੇ ਤੇ ਬ ਵੀ ਜਰੂਰ ਯਾਦ ਆਉਂਦੀ ਹੈਗੀ ਤੁਸੀਂ ਉਹ ਪਹਿਲਾ ਵੀਡੀਓ ਜਰੂਰ ਦੇਖੋ ਮੈਨਾਂ ਦਾ ਬਾਤ ਲਾ ਦੇਗਾ ਅੱਖੇ ਦਿਉ ਨਹੀਂ ਲੱਗਦਾ ਬਾਤੀ ਚੱਕਲਾ ਭੌਣ ਦੇ ਕੱਢ ਜਾ ਖਾਦੇ ਥੋੜੀ ਅਰੇ ਖਸਮਾ ਵੀਡੀਓ ਤੇ ਲਈ ਹੋਣੀ ਤੁਸੀਂ ਦੇਖ ਤੇ ਇਸ ਵੀਡੀਓ ਦੇਖਣ ਤੋਂ ਬਾਅਦ ਲੋਕ ਵੀ ਬਹੁਤ ਸਾਰੇ ਘੈਂਡ ਘੈਂਡ ਕਮੈਂਟ ਕਰਦੇ ਪਏ ਨੇ ਜਿਵੇਂ ਕਿ ਇੱਕ ਨੇ ਲਿਖਿਆ ਕਿ ਪੁਰਾਣੇ ਟਾਈਮ ਯਾਦ ਆ ਗਿਆ ਉਹ ਅਸੀਂ ਵੀ ਐਵੇਂ ਹੀ ਦੁੱਧ ਚੋਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਅਗਲੇ ਨੇ ਲਿਖਿਆ ਕਿ ਬਾਪੂ ਨੇ ਤਿੰਨ ਚਾਰ ਵਾਰੀ ਨੂੰ ਸਾਹਮਣੇ ਗਾਲ ਕੇ ਕੰਟਰੋਲ ਕਰ ਦਿੱਤਾਗਾ ਤੇ ਉਸ ਤੋਂ ਕਿਹਾ ਕਿ ਪੁਰਾਣੇ ਬਾਪੂ ਵੀ ਸਿਰਾਂ ਹੁੰਦੇ ਸੀ ਤੇ ਉਹ ਇੱਜ਼ਤਮਾਨ ਹੁੰਦਾਗਾ ਬਾਕੀ ਬਾਕੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਚ ਜ਼ਰੂਰ ਕਮੈਂਟ ਕਰਿਓ ਖਾਦੇ ਥੋੜੀ ਅਰੇ ਖਸਮਾ